ਐਮਐਲਏ ਸਾਹਿਬ ਸਾਡਾ ਖਾਸ ਸ਼ੋਅ ਐਮਐਲਏ ਸਾਹਿਬ ਇਸ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੰਨੇ ਪਰਮੰਨੇ ਐਮਐਲਏਸ ਦੇ ਨਾਲ ਪੰਜਾਬ ਦੇ ਵੱਖ ਵੱਖ ਮੁੱਦਿਆਂ 'ਤੇ ਔਰ ਅੱਜ ਸਾਡੇ ਨਾਲ ਨੇ ਪੰਜਾਬ ਦੇ ਵਿੱਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਜਿਵੇਂ ਮੈਂ ਅੱਗੇ ਜ਼ਿਕਰ ਕਰਦਾ ਸਿਮਰਜੀਤ ਸਿੰਘ ਬੈਂਸ ਦਾ ਸਿਰਫ ਨਾਮ ਕਾਫੀ ਹੈ ਬੈਂਸ ਭਰਾ ਸ਼ਬਦ ਆਉਂਦੇ ਹੀ ਮੁੱਦੇ ਆਪਣੇ ਆਪ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਆ ਜਾਂਦੇ ਨੇ ਪੰਜਾਬ ਦੇ ਵਿੱਚ ਕੁਝ ਤਾਜ਼ਾ ਘਟਨਾਕ੍ਰਮ ਹੋਏ ਨੇ ਉਹਨਾਂ ਸਾਰੇ ਮੁੱਦਿਆਂ 'ਤੇ ਗੱਲ ਕਰਾਂਗੇ ਔਰ ਕਾਰਪੋਰੇਸ਼ਨ ਦੀਆਂ ਚੋਣਾਂ ਲੋਕ ਇਨਸਾਫ ਪਾਰਟੀ ਦੇ ਲਈ ਵੀ ਇੱਕ ਬਹੁਤ ਵੱਡਾ ਚੋਣ ਮੁੱਦਾ ਬਣਨ ਜਾ ਰਹੀਆਂ ਨੇ ਇਹਨਾਂ ਸਾਰੇ ਪੁਆਇੰਟਸ 'ਤੇ ਅਸੀਂ ਗੱਲ ਕਰਾਂਗੇ ਸਿਮਰ ਬੈਂਸ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਜਿਹੜਾ ਪ੍ਰੋਗਰਾਮ ਨਵਾਂ ਚਾਲੂ ਕੀਤਾ ਐਮਐਲਏ ਸਾਹਿਬ ਸੋ ਇਹਦੀ ਤਾਰੀਫ ਕਰਦਾ ਨਾਮ ਐਮਐਲਏ ਸਾਹਿਬ ਪਰ ਮੈਨੂੰ ਐਮਐਲਏ ਕਹਾਉਣ ਨਾਲੋਂ ਸੂਬੇ ਦਾ ਚੌਕੀਦਾਰ ਕਹਾਉਣਾ ਵੱਧ ਪਸੰਦ ਆਉਂਦਾ ਸੋ ਮੈਂ ਤੁਹਾਡੇ ਇਸ ਚੈਨਲ ਦੇ ਜ਼ਰੀਏ ਜਿਹੜਾ ਦੇਸ਼ ਵਿਦੇਸ਼ ਦੇ ਵਿੱਚ ਪੰਜਾਬੀ ਭਾਈਚਾਰਾ ਇਹ ਪ੍ਰੋਗਰਾਮ ਦੇਖ ਰਿਹਾ ਉਹਨਾਂ ਦਾ ਧੰਨਵਾਦ ਕਰਦੇ ਹੋਏ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਂਸ ਸਾਹਿਬ ਤਾਜ਼ਾ ਫੈਸਲਾ ਆ ਗਿਆ ਪੰਜਾਬ ਦੇ ਵਿੱਚ ਰੈਗੂਲੇਟਰੀ ਕਮਿਸ਼ਨ ਨੇ ਲਗਭਗ 9.3% ਬਿਜਲੀ ਦੇ ਬਿੱਲਾਂ 'ਚ ਲਗਭਗ 10% ਬਿਜਲੀ ਦੇ ਬਿੱਲਾਂ 'ਚ ਪਾਤਾ ਵਿਰੋਧੀ ਧਿਰ ਦਾ ਇਹਦੇ 'ਤੇ ਪਹਿਲਾ ਰਿਐਕਸ਼ਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਡੱਲਾ ਸਾਹਿਬ ਯਾਦ ਹੋਏਗਾ ਤੁਹਾਨੂੰ ਬਜਟ ਸੈਸ਼ਨ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਅੰਦਰ ਜਿੱਥੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਐਲਾਨ ਕੀਤੀ ਉੱਥੇ ਨਾਲ ਦੀ ਨਾਲ 5 ਰੁਪਈਏ ਯੂਨਿਟ ਬਿਜਲੀ ਦਾ ਵਾਅਦਾ ਕੀਤਾ ਅਤੇ ਅੱਜ ਬਜਟ ਸੈਸ਼ਨ ਲੰਘੇ ਨੂੰ 5.5 ਮਹੀਨੇ ਦਾ ਸਮਾਂ ਹੋ ਗਿਆ ਹਜੇ ਤੱਕ ਕਿਸਾਨੀ ਕਰਜ਼ੇ ਦੇ ਉੱਤੇ ਮਾਫ਼ੀ ਦੇ ਉੱਤੇ ਅਤੇ ਪੰਜਾਬ ਦੇ ਵਾਸੀਆਂ ਨੂੰ 5 ਰੁਪਈਏ ਯੂਨਿਟ ਬਿਜਲੀ ਦੇਣ ਦੇ ਉੱਤੇ ਮੇਰਾ ਖਿਆਲ ਕੋਈ ਇਸ ਪਾਸੇ ਬਿਨਾਂ ਲਾਰਿਆਂ ਤੋਂ ਗੱਲ ਨਹੀਂ ਅਤੇ ਅੱਜ ਹੋਇਆ ਕੀ ਹੈ ਇੱਕ ਪਾਸੇ ਕਹੀਏ ਕਿ ਪੈਸੇ ਫੜਾਉਣ ਦਾ ਲੋਕਾਂ ਨੂੰ ਜਿਹੜਾ ਸੁਪਨਾ ਦਿਖਾ ਤਾ ਅਤੇ ਦੂਸਰੇ ਪਾਸੇ ਉਹ ਸੁਪਨਾ ਤਾਂ ਅਜੇ ਸੁਪਨਾ ਹੀ ਆ ਅਤੇ ਦੂਸਰੇ ਪਾਸੇ ਲੋਕਾਂ ਦੀ ਜੇਬ ਦੇ ਵਿੱਚੋਂ ਰੈਗੂਲੇਟਰੀ ਕਮਿਸ਼ਨ ਜਿਹੜਾ ਕਿ ਸਰਕਾਰ ਦੇ ਥੱਲੇ ਆ ਸਰਕਾਰ ਤੋਂ ਉੱਤੇ ਨਹੀਂ ਗਾ ਅਤੇ ਅੱਜ ਉਹਨੇ 9.3 ਮਤਲਬ 10% ਜਿਹੜੇ ਬਿਜਲੀ ਦੇ ਰੇਟ ਵਧਾਏ ਆ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਟੈਕਸਾਂ ਦੇ ਨਾਲ ਬਿੰਨੇ ਪਏ ਆ ਕਿਹਦੇ ਕੋਲ ਕਾਰੋਬਾਰ ਆ ਫੈਕਟਰੀ ਵਾਲਿਆਂ ਕੋਲ ਜਾ ਕੇ ਦੇਖ ਲਓ GST ਨੇ ਤਾਲੇ ਲਵਾ ਤੇ ਨੋਟਬੰਦੀ ਨੇ ਤਾਲੇ ਲਵਾ ਤੇ ਪ੍ਰੋਪਰਟੀ ਵਾਲਿਆਂ ਕੋਲ ਜਾ ਕੇ ਦੇਖ ਲਓ ਪ੍ਰੋਪਰਟੀ ਵਾਲਿਆਂ ਨੇ ਬੜੀਆਂ ਚਾ ਕੇ ਕੈਪਟਨ ਨੂੰ ਵੋਟਾਂ ਪਾਈਆਂ ਵੀ ਕੈਪਟਨ ਆ ਜਾਂਦੇ ਅਤੇ ਤੇਜ਼ੀ ਆ ਜਾਂਦੀ ਹੈ ਵੜ ਗਏ ਤੇਜ਼ੀ ਜਿਹੜਾ ਮਾੜਾ ਮੋਟਾ ਕੰਮ ਚੱਲਦਾ ਸੀ ਕਲੋਜ਼ ਹੋ ਗਿਆ ਬੇਰੁਜ਼ਗਾਰੀ ਦਾ ਆਲਮ ਕੈਸਾ ਸੜਕਾਂ ਦੇ ਉੱਤੇ ਬੇਰੁਜ਼ਗਾਰਾਂ ਦੀ ਫੌਜ ਤੁਰੀ ਫਿਰਦੀ ਆ ਸਵੇਰੇ ਦਫ਼ਤਰ ਬੈਠਦਾ ਅਤੇ ਹੱਥਾਂ ਦੇ ਵਿੱਚ ਡਿਗਰੀਆਂ ਡਿਪਲੋਮੇ ਲੈ ਕੇ ਬੇਰੁਜ਼ਗਾਰ ਨੌਜਵਾਨ ਆਉਂਦੇ ਆ ਲੋਕ ਤਰਾਹ ਤਰਾਹ ਕਰਦੇ ਆ 10% ਬਿਜਲੀ ਦੇ ਰੇਟ ਅਰਾਜਕਤਾ ਫੈਲ ਜਾਏਗੀ ਪੰਜਾਬ ਦੇ ਅੰਦਰ ਵਿਰੋਧੀ ਧਿਰ ਹੁਣ ਕਰੂਗੀ ਕੀ ਕਿਉਂਕਿ ਬਹੁਤ ਲੰਮੀਆਂ ਲੜਾਈਆਂ ਵਿਰੋਧੀ ਧਿਰ ਨੇ ਪਹਿਲਾਂ ਲੜੀਆਂ ਹੁਣ ਸਿੱਧਾ ਸਿੱਧਾ ਲੋਕਾਂ ਨਾਲ ਜੁੜਿਆ ਇੱਕ ਹੋਰ ਮੁੱਦਾ ਆ ਗਿਆ ਚੁਣੌਤੀ ਕਹੂੰਗਾ ਮੈਂ ਸੋ ਇਹ ਤਾਂ ਕਈ ਵਾਰੀ ਹੁੰਦਾ ਨਾ ਕਿ ਪਾਰਟੀਆਂ ਨੂੰ ਲੋਕਾਂ ਨੂੰ ਲਾਮਬੰਦ ਕਰਨ ਦੀ ਜ਼ਰੂਰਤ ਪੈਂਦੀ ਹੈ 10% ਬਿਜਲੀ ਦੇ ਵਾਧੇ ਉੱਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਜ਼ਰੂਰਤ ਨਹੀਂ ਲੋਕ ਪਹਿਲਾਂ ਮੈਂ ਦੱਸਿਆ ਕਿ ਸਤਾਏ ਹੋਏ ਆ ਅਤੇ ਅਸੀਂ ਇਹ ਬਿਜਲੀ ਦੇ ਰੇਟ ਕਦਾਚਿਤ ਵੀ ਪੰਜਾਬ ਦੇ ਅੰਦਰ ਵਧਣ ਨਹੀਂ ਦੇਵਾਂਗੇ ਲੋਕ ਐਜੂਟੇਸ਼ਨ ਲਈ ਤਿਆਰ ਬੈਠੇ ਆ ਅਤੇ ਅਸੀਂ ਲੋਕਾਂ ਦੇ ਨਾਲ ਖੜ ਕੇ ਸਰਕਾਰ ਦੇ ਇਸ ਨਾਦਰਸ਼ਾਹੀ ਲੁੱਟ ਦੇ ਫਰਮਾਨ ਦਾ ਵਿਰੋਧ ਕਰਾਂਗੇ ਅਤੇ ਜਿਹੜਾ 10% ਦਾ ਵਾਧਾ ਇਹ ਵਾਪਸ ਲੈਣ ਲਈ ਸਰਕਾਰ ਨੂੰ ਮਜਬੂਰ ਕਰਕੇ ਹਟਾਂਗੇ ਸਰਕਾਰ ਨੂੰ ਵਾਪਸ ਲੈਣਾ ਪਏਗਾ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਨੇ ਹੁਣੀ ਅਨਾਊਂਸਮੈਂਟ ਕੀਤੀ ਸੀ ਕੈਪਟਨ ਅਮਰਿੰਦਰ ਨੇ ਕਿ 1 ਨਵੰਬਰ ਤੋਂ 5 ਰੁਪਏ ਦੀ ਬਿਜਲੀ ਅਸੀਂ ਉਦਯੋਗਾਂ ਨੂੰ ਦੇਵਾਂਗੇ ਸੂਬੇ 'ਚ ਸਭ ਤੋਂ ਸਸਤੀ ਸੁਖਬੀਰ ਬਾਦਲ ਦੀ ਵੀ ਇਹੀ ਯੋਜਨਾ ਸੀ ਸੁਖਬੀਰ ਬਾਦਲ ਤਾਂ ਲਾਗੂ ਕਰ ਨਹੀਂ ਸਕੇ ਅਜਿਹੀ ਸੂਰਤ ਦੇ ਵਿੱਚ ਕਿਉਂਕਿ ਤੁਸੀਂ ਉਸ ਸਨਅਤੀ ਸ਼ਹਿਰ ਤੋਂ ਜਿੱਥੇ ਸਾਰਾ ਉਦਯੋਗ ਹੈ ਇਸ ਫੈਸਲੇ ਦਾ ਤਾਂ ਸਭ ਨੇ ਸਵਾਗਤ ਕੀਤਾ ਕਿ ਸਾਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਜਿਹੜੀ ਹੈ ਉਪਲਬਧ ਹੋਏਗੀ ਔਰ ਹੁਣ 10% ਉਸ ਸੂਬੇ 'ਚ ਬਿਜਲੀ ਵਧਾਉਣ ਦੀ ਗੱਲ ਹੋ ਰਹੀ ਹੈ ਜਿਸ ਬਾਰੇ ਸਰਪਲਸ ਬਿਜਲੀ ਵਾਲਾ ਸੂਬਾ ਕਿਹਾ ਜਾ ਰਿਹਾ ਬੈਂਸ ਸਾਹਿਬ ਤੁਸੀਂ ਹੁਣ ਵਿਰੋਧੀ ਧਿਰ 'ਚੋਂ ਚਲੋ ਤੁਸੀਂ ਪਹਿਲਾਂ ਵੀ ਵਿਰੋਧੀ ਧਿਰ 'ਚ ਸੀ ਤੁਸੀਂ ਤਾਂ ਸੱਤਾ 'ਚ ਰਹਿੰਦੇ ਵੀ ਵਿਰੋਧੀ ਧਿਰ 'ਚ ਰਹਿੰਦੇ ਹੋ ਲੋਕ ਮੁੱਦਿਆਂ ਕਰਕੇ ਇਹ ਲੜਾਈ ਨੂੰ ਲੜਿਆ ਕਿਵੇਂ ਜਾਏਗਾ ਜੇ ਅਸੀਂ ਸਰਪਲਸ ਬਿਜਲੀ ਵਾਲਾ ਸੂਬਾ ਤਾਂ ਫਿਰ ਸਾਡੇ ਬਿਜਲੀ ਦੀ ਕਮੀ ਹੋਣਾ ਆਪਣੇ ਆਪ 'ਚ ਹੀ ਵੱਡੀ ਚਿੰਤਾ ਸੋ ਇਹ ਸਮੇਂ ਦੀਆਂ ਹਕੂਮਤਾਂ ਚਲਾਉਣ ਵਾਲੇ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਦੀਆਂ ਵੱਡੀਆਂ ਗੱਪਾਂ ਨੇ ਸਰਪਲਸ ਸਟੇਟ ਸੁਖਬੀਰ ਬਾਦਲ 10 ਸਾਲ ਸਰਪਲਸ ਸਟੇਟ ਦਾ ਰੌਲਾ ਪਾਉਂਦਾ ਰਿਹਾ ਜੇ ਸਰਪਲਸ ਆ ਤਾਂ ਫਿਰ ਬਿਜਲੀ ਮਹਿੰਗੀ ਕਿਉਂ ਕਰਦੇ ਹੋ ਬਿਜਲੀ ਕੋਈ ਐਸੀ ਚੀਜ਼ ਤਾਂ ਹੈ ਨਹੀਂ ਜਿਹਨੂੰ ਅਸੀਂ ਟਰੰਕ ਜਾਂ ਅਲਮਾਰੀ ਜਾਂ ਪੇਟੀ ਦੇ ਵਿੱਚ ਬੰਦ ਕਰਕੇ ਰੱਖ ਲਈਏ ਅਤੇ ਜੇ ਸਰਪਲਸ ਸਟੇਟ ਹੈ ਤਾਂ ਫਿਰ ਬਿਜਲੀ ਦੇ ਕੱਟ ਕਿਉਂ ਲੱਗਦੇ ਆ ਅੱਜ ਪੰਜਾਬ ਦੇ ਅੰਦਰ ਤੁਸੀਂ ਕੱਟਾਂ ਦਾ ਡਾਟਾ ਲੈ ਕੇ ਦੇਖ ਲਓ ਤਰ੍ਹਾਂ ਤਰ੍ਹਾਂ ਕਰਦੇ ਆ ਇੰਡਸਟਰੀਅਲਿਸਟ ਜਿਨ੍ਹਾਂ ਦਾ ਬਿਜਲੀ ਨਾਲ ਰਿਲੇਟਡ ਕੋਈ ਪ੍ਰੋਸੈਸਿੰਗ ਯੂਨਿਟ ਹੈਗਾ ਅਤੇ ਉਹਨਾਂ ਦਾ ਕਿੱਡਾ ਵੱਡਾ ਲੋਸ ਹੋ ਰਿਹਾ ਸੋ ਵਾਧਾ ਜਿਹੜਾ ਮੈਂ ਦੱਸ ਰਿਹਾ ਤੁਸੀਂ 5% ਬਿਜਲੀ ਦੇ ਰੇਟ 5 ਰੁਪਈਏ ਪ੍ਰਤੀ ਯੂਨਿਟ ਕੈਪਟਨ ਸਾਹਿਬ ਨੇ
ਬਜਟ ਸੈਸ਼ਨ ਦੇ ਦੌਰਾਨ ਵਾਅਦਾ ਕੀਤਾ ਹਜੇ ਤੱਕ ਲਾਗੂ ਨਹੀਂ ਹੋਇਆ। 9.3% ਡੱਲਾ ਸਾਹਿਬ ਅੱਜ ਆ ਗਿਆ, 2% ਲੋਕਲ ਬੋਡੀਜ਼ ਨੇ ਟੈਕਸ ਲਾਇਆ, GST ਲਾਗੂ ਹੋਇਆ ਪੂਰੇ ਹਿੰਦੁਸਤਾਨ ਦੇ ਵਿੱਚ, ਅਤੇ ਉਹਦੇ ਵਿੱਚ ਪ੍ਰਾਵਧਾਨ ਆ ਕਿ ਜਿਹੜਾ ਬਿਜਲੀ ਦੇ ਉੱਤੇ ਚੁੰਗੀ ਆ ਅਤੇ ਉਹ ਸਮਾਪਤ ਹੈ, ਅਤੇ ਇਹਨਾਂ ਨੇ ਉਹਨੂੰ ਰੀਸ਼ਡਿਊਲ ਕਰਤਾ। ਲੋਕਲ ਬਾਡੀ ਮਿਨਿਸਟਰ ਦਾ ਸਟੇਟਮੈਂਟ ਆ, ਉਹਨੂੰ ਰੀਸ਼ਡਿਊਲ ਕਰਕੇ 2% ਬਿਜਲੀ, ਮਤਲਬ ਕਿ ਪੰਜਾਬ ਦੇ ਅੰਦਰ ਜੇ ਮੈਂ ਕਹਾਂ ਕਿ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਜਿਹੜੇ ਵੱਡੇ ਜਿੱਥੇ ਸਨਅਤ ਲੱਗੀ ਹੋਈ ਆ, ਜਲੰਧਰ ਹੈਗਾ, ਅਤੇ ਉਹ 2% ਪਲੱਸ ਆ ਜੇ 10%, ਮਤਲਬ ਉਹਨਾਂ ਨੂੰ 12% ਬਿਜਲੀ ਵਧਾ ਦਿੱਤੇ ਗਏ ਰੇਟ। 5 ਰੁਪਈਏ ਯੂਨਿਟ ਤਾਂ ਹਜੇ ਮਿਲਿਆ ਨਹੀਂ, ਪਰ 12% ਰੇਟ ਜ਼ਰੂਰ ਵਧਾਏ ਗਏ। ਪਰ ਇੱਕ ਫੈਸਲੇ ਦਾ ਤੁਸੀਂ ਸਵਾਗਤ ਕਰਨਾ ਚਾਹੋਗੇ, ਜਿਹੜਾ ਨੋਟੀਫਿਕੇਸ਼ਨ ਜਾਰੀ ਕਰਤਾ ਕੈਪਟਨ ਅਮਰਿੰਦਰ ਨੇ, 2 ਲੱਖ ਤੱਕ ਦੇ ਜਿਹੜੇ ਕਰਜ਼ੇ ਮਾਫੀ ਦੀ ਗੱਲ ਹੈ, ਕਿਉਂਕਿ ਬਹੁਤ ਦੇਰ ਬਾਅਦ ਚਾਹੇ ਨੋਟੀਫਿਕੇਸ਼ਨ ਜਾਰੀ ਹੋਇਆ, ਇਹਦਾ ਸਵਾਗਤ ਬਣਦਾ ਤੁਹਾਡੀ ਨਜ਼ਰ 'ਚ? ਕੈਪਟਨ ਅਮਰਿੰਦਰ ਸਿੰਘ ਸੱਚ ਬੋਲਣ ਨਾ, ਫਿਰ ਅਸੀਂ ਸਵਾਗਤ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਵਜ਼ੀਰ 6 ਮਹੀਨੇ ਕਰਜ਼ਾ ਮਾਫੀ ਦੇ ਉੱਤੇ, ਨੋਟੀਫਿਕੇਸ਼ਨ ਦੀ ਗੱਲ ਅੱਜ ਆਈ ਹੈ, ਉਮੀਦ ਨਹੀਂ ਦੁੱਧ ਦਾ ਸੜਿਆ ਅਤੇ ਲੱਸੀ ਨੂੰ ਫੂਕਾ ਮਾਰਦਾ, 6 ਮਹੀਨੇ ਕਿਸਾਨਾਂ ਨੂੰ ਜਲੀਲ ਕਰਦੇ ਰਹੇ। ਜਲੀਲ ਦਾ ਮਤਲਬ ਕੀ ਆ, ਕਦੇ ਕਿਸਾਨਾਂ ਨੂੰ ਭਿਖਾਰੀ ਦੇ ਨਾਲ ਤੋਲਿਆ ਗਿਆ, ਕੰਪੇਅਰ ਕੀਤਾ ਗਿਆ, ਕਦੇ ਕਿਸਾਨ ਨੂੰ ਬੈਂਕਾਂ ਦੇ ਨਾਲ ਰਲ ਕੇ ਠੱਗੀ ਦੇ ਆਧਾਰ 'ਤੇ ਝੂਠੇ ਕਾਗਜ਼ਾਂ ਦੇ ਉੱਤੇ ਲੋਨ ਲੈਣ ਵਾਲੇ ਕਿਹਾ ਗਿਆ, ਕਦੇ ਕਿਸਾਨ ਦੇ ਟੱਬਰਾਂ ਨੂੰ ਕਿਹਾ ਵੀ ਤੁਸੀਂ ਇੱਕ ਡੰਗ ਦੀ ਰੋਟੀ ਛੱਡ ਦਿਓ ਖਾਣੀ। ਇਹ ਸਰਕਾਰ ਹੈ, ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸਟੇਟਮੈਂਟ ਕੀ ਸੀ, ਲਾਸਟ ਆਫ ਦਾ ਐਂਡ ਜਾ ਕੇ ਸਟੇਟਮੈਂਟ ਦੇਦਾ, ਕਹਿੰਦਾ ਜੀ ਸਾਡੇ ਕੋਲ ਸੋਰਸ ਆਫ ਇਨਕਮ ਹੈ ਨਹੀਂ ਸਟੇਟ ਦੇ ਕੋਲ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਸਕੀਏ। ਸਿਰਫ 1500 ਕਰੋੜ ਦੀ ਗੱਲ ਹੈ, ਹਜੇ ਤੱਕ ਕਿਸਾਨਾਂ ਦੇ ਸਿਰ ਦੇ ਉੱਤੇ 1 ਲੱਖ ਕਰੋੜ ਰੁਪਈਏ ਦਾ ਕਰਜ਼ਾ, 1500 ਕਰੋੜ ਰੁਪਈਆ। ਐਂਡ ਆਫ ਦਾ ਮੂਮੈਂਟ ਗੁਰਦਾਸਪੁਰ ਬਾਈ ਇਲੈਕਸ਼ਨ ਆ ਗਈ ਅਤੇ ਚੱਕ ਕੇ ਮੰਤਰੀ ਮੰਡਲ ਦਾ ਫੈਸਲਾ ਜਿਹੜਾ ਕਿਸਾਨਾਂ ਨੂੰ ਕਰਜ਼ ਮਾਫ਼ੀ ਵਾਲਾ ਨੋਟੀਫਿਕੇਸ਼ਨ ਆ, ਅਤੇ ਚੋਣ ਕਮਿਸ਼ਨ ਨੂੰ ਭੇਜ ਤਾ। 6 ਮਹੀਨੇ ਸੁੱਤੇ ਰਹੇ ਤੁਸੀਂ, ਵੋਟਾਂ ਆ ਗਈਆਂ, ਵੋਟਾਂ ਲੈਣ ਵਾਸਤੇ ਉਹ ਉੱਧਰ ਨੂੰ ਤੋਰਤਾ, ਅਤੇ ਹੁਣ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਆਪਣੇ ਆਪ ਦੇ ਵਿੱਚ ਇੱਕ ਰਹੱਸ ਹੈ, ਸਸਪੈਂਸ ਹੈ। ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ, ਜੈਸਾ 6.5 ਮਹੀਨਿਆਂ ਦੇ ਅਰਸੇ ਦੇ ਵਿੱਚ ਕਿਸਾਨ ਕਰਜ਼ਾ ਮਾਫ਼ੀ ਦੇ ਉੱਤੇ ਕੈਪਟਨ ਅਤੇ ਇਹਦੀ ਵਜ਼ਾਰਤ ਨੇ ਕੀਤਾ, ਲੱਗਦਾ ਨਹੀਂ ਕਿ ਇਹ ਸਿਰੇ ਚੜੇਗਾ। ਇਹ ਟੋਟਲ ਇੱਕ ਕਿਸਾਨਾਂ ਨੂੰ ਧੋਖੇ 'ਚ ਰੱਖਣ ਵਾਲੀ ਗੱਲ ਆ, ਕਿਸਾਨਾਂ ਦੇ ਨਾਲ ਸਰਾਸਰ ਨਾਇਨਸਾਫ਼ੀ ਅਤੇ ਧੋਖਾ ਹੈ। ਕਹਿੰਦੇ ਜਿਹੜਾ ਪੰਜਾਬ ਮੰਡੀ ਬੋਰਡ ਹੈ ਉਹਦੀ ਆਮਦਨ ਹੈ ਜਿਹੜੀ, ਉਹ ਹੁਣ ਸਰਕਾਰ ਨੇ ਗਹਿਣੇ ਰੱਖਣੀ ਹੈ, ਕੋਈ ਹੋਰ ਫਾਰਮੂਲਾ ਸੁਝਾਓਗੇ ਤੁਸੀਂ ਸਰਕਾਰ ਨੂੰ ਜਾਂ ਮੰਡੀ ਬੋਰਡ ਦੀ ਆਮਦਨ ਜਾਣ ਦੀ? ਮੈਂ ਆਪਣੇ 2600 ਕਰੋੜ ਮੈਂ ਆਪਣੀ ਸੰਗਤ ਦੀ ਸੇਵਾ ਦਾ 18-20 ਸਾਲ ਦਾ ਮੇਰਾ ਐਕਸਪੀਰੀਅੰਸ, ਮੈਂ ਪਹਿਲੀ ਵਾਰੀ ਸੁਣਿਆ ਹੈ। ਮੈਂ ਨੇੜੇ ਹੋ ਕੇ ਸਰਕਾਰਾਂ ਦੇਖੀਆਂ ਨੇ, ਸਰਕਾਰਾਂ ਦਾ ਕੰਮਕਾਜ ਦੇਖਿਆ, ਪਹਿਲੀ ਵਾਰੀ ਹੋਇਆ ਕਿ ਕਿਸੇ ਮਹਿਕਮੇ ਦੀ ਆਮਦਨ ਦੇ ਉੱਤੇ ਸਰਕਾਰ ਲੋਨ ਲੈਣ ਲੱਗੀ ਹੈ। ਕਦੇ ਵੀ ਇਹ ਗੱਲ ਜਿਹੜੀ ਇਹ ਸ਼ਗੂਫਾ ਹੈਗੀ ਹੈ, ਕਦੇ ਇਹ ਵਾਸਤਵਿਕ ਦੇ ਵਿੱਚ ਲਾਗੂ ਨਹੀਂ ਹੋਏਗੀ, ਸੱਚੀ ਸਾਬਤ ਨਹੀਂ ਹੋਏਗੀ। ਸਾਡੇ ਕੋਲ ਇੱਕ ਡੱਲਾ ਸਾਹਿਬ ਜ਼ਰੀਆ ਜੀ ਕਿਸਾਨ ਨੂੰ ਕਰਜ਼ਾ ਮੁਕਤ ਕਰਨ ਦਾ, ਸੂਬਾ ਪੰਜਾਬ ਦੇ ਸਿਰ ਤੋਂ ਕਰਜ਼ੇ ਦੀ ਪੰਡ ਲਾਉਣ ਦਾ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੈਂ ਬੜੀ ਵਾਰੀ ਚਿੱਠੀਆਂ ਲਿਖ ਚੁੱਕਿਆ, ਪ੍ਰਿੰਸੀਪਲ ਸਕੱਤਰ ਨੂੰ ਮਿਲ ਚੁੱਕਿਆ ਕਿ ਪੰਜਾਬ ਦੇ ਮੁਫ਼ਤ 'ਚ ਲੁੱਟੇ ਜਾ ਰਹੇ ਪਾਣੀ ਦੀ ਕੀਮਤ ਕਿਉਂ ਨਹੀਂ ਵਸੂਲਦੇ, ਜਿਹੜਾ ਕਿ ਸਾਡਾ ਕਾਨੂੰਨ ਰਾਈਟ ਹੈ। 16 ਲੱਖ ਕਰੋੜ ਰੁਪਈਆ ਅਸੀਂ ਇਕੱਲੇ ਰਾਜਸਥਾਨ ਤੋਂ ਲੈਣਾ, ਦਿੱਲੀ ਔਰ ਹਰਿਆਣਾ ਤੋਂ ਵੱਖਰੇ ਆ, ਉੱਧਰ ਨੂੰ ਕਿਉਂ ਨਹੀਂ ਤੁਰਦੇ? ਕਿਹੜੀ ਐਸੀ ਮਜਬੂਰੀ ਆ ਕਿ ਅਸੀਂ ਰਾਜਸਥਾਨ, ਦਿੱਲੀ ਅਤੇ ਹਰਿਆਣੇ ਵਾਲਿਆਂ ਕੋਲੋਂ ਪਾਣੀ ਦੇ ਪੈਸੇ ਮੰਗਣ ਦੇ ਵਿੱਚ ਹੀ ਅਸੀਂ ਸ਼ਰਮ ਕਰੀ ਜਾਂਦੇ? ਹੁਣ ਤਾਂ 16 ਨਵੰਬਰ 2016 ਨੂੰ ਬਾਦਲਾਂ ਨੇ ਸੱਪ ਦੇ ਮੂੰਹ 'ਚ ਕੋੜ ਕਿਲੜੀ ਕਹਾਂ ਮੈਨੂੰ ਕੁੱਟ ਲਿਆ 2 ਵਾਰੀ, ਉਸ ਤੋਂ ਬਾਅਦ ਦੇ ਵਿੱਚ ਸਰਕਾਰੀ ਮਤਾ ਪਾਸ ਹੋ ਚੁੱਕਿਆ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਕਰਨੀ ਹੈ 3 ਸਟੇਟਾਂ ਤੋਂ, ਅਤੇ ਕੈਪਟਨ ਸਾਹਿਬ ਕਿਉਂ ਨਹੀਂ ਬਿੱਲ ਬਣਾ ਕੇ ਭੇਜਦੇ ਰਾਜਸਥਾਨ ਵਾਲਿਆਂ ਨੂੰ, ਦਿੱਲੀ ਅਤੇ ਹਰਿਆਣੇ ਵਾਲਿਆਂ ਨੂੰ? ਲਓ ਕਰਜ਼ਾ ਕਿਸਾਨਾਂ ਦਾ ਵੀ ਮਾਫ਼, ਪੰਜਾਬ ਦੇ ਸਿਰ ਦੇ ਉੱਤੇ ਜਿਹੜੀ ਕਰਜ਼ੇ ਦੀ ਪੰਡ ਉਹ ਵੀ ਸਮਾਪਤ, ਅਤੇ ਅਸੀਂ ਸਕੂਲਾਂ ਦਾ, ਪੰਜਾਬ ਦੇ ਹੋਸਪਿਟਲਾਂ ਦਾ, ਪੰਜਾਬ ਦੇ ਇਨਫਰਾਸਟ੍ਰਕਚਰ ਦਾ ਕੈਨੇਡਾ ਅਤੇ ਇੰਗਲੈਂਡ ਵਰਗਾ ਅਸੀਂ ਨਜ਼ਾਰਾ ਪੇਸ਼ ਕਰ ਸਕਦੇ ਹਾਂ? ਸਾਡੇ ਕੋਲ ਇੰਨਾ ਵੱਡਾ ਧਨ, ਸਾਡੇ ਕੋਲ ਇੰਨੀ ਵੱਡੀ ਕੁਦਰਤ ਦੀ ਦਾਤ ਹੈ, ਉੱਧਰ ਨੂੰ ਕਿਉਂ ਨਹੀਂ ਤੁਰ? ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਤੁਸੀਂ ਇਹ ਮੁੱਦੇ ਚੱਕਣੇ ਸੀ ਅਤੇ ਤੁਸੀਂ ਬਾਹਰ ਰਹਿ ਗਏ ਪਿਛਲੇ ਵਿਧਾਨ ਸਭਾ ਸੈਸ਼ਨ 'ਚ, ਸਸਪੈਂਡ ਵੀ ਹੋ ਗਏ ਤੁਸੀਂ, ਸੁਖਪਾਲ ਖਹਿਰਾ ਵੀ ਤੁਹਾਡੇ ਨਾਲ ਸੀ। ਇਸ ਵਾਰ ਵਿਧਾਨ ਸਭਾ ਦੇ ਸੈਸ਼ਨ 'ਚ ਤੁਹਾਨੂੰ ਕੀ ਲੱਗਦਾ, ਕਿਹੋ ਜਿਹੀ ਤਿਆਰੀ ਕਰੋਗੇ, ਜਾਂ ਤੁਹਾਨੂੰ ਲੱਗਦਾ ਫਿਰ ਤੁਹਾਡੇ ਨਾਲ ਇਸ ਤਰੀਕੇ ਦੀ ਰਾਜਨੀਤਿਕ ਧੱਕੇਸ਼ਾਹੀ ਹੋਣੀ ਹੈ? ਡੱਲਾ ਸਾਹਿਬ, ਅਸਲ ਦੇ ਵਿੱਚ ਜਿਹੜਾ ਬਾਦਲਾਂ ਦਾ ਪੈਟਰਨ ਸੀ ਨਾ ਗੌਰਮੈਂਟ ਦਾ, ਅੱਜ ਉਹ ਸੇਮ ਪੈਟਰਨ, ਸੇਮ ਢਾਂਚਾ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦਾ, ਮਤਲਬ ਕਿ ਅਸੀਂ ਬੜਾ ਲੋਕਾਂ ਨੂੰ ਰੌਲਾ ਪਾਉਂਦੇ ਰਹੇ ਵੀ ਸਮਝ ਜਾਓ, ਅਕਲ ਕਰਿਓ, ਦੇਖਿਓ ਕਿਤੇ ਕੈਪਟਨ ਅਤੇ ਬਾਦਲ ਇੱਕੋ ਸਿੱਕੇ ਦੇ ਦੋ ਪਾਸੇ ਆ, ਦੇਖਿਓ ਕਿਤੇ ਗਲਤੀ ਨਾ ਕਰ ਜਾਓ, ਹੋ ਗਈ ਗਲਤੀ। ਅੱਜ ਪੰਜਾਬ ਦੇ ਅੰਦਰ ਉਹੀ ਪਾਲਿਸੀਆਂ, ਉਹੀ ਮਾਫੀਆ, ਉਹੀ ਰੇਤ ਬਜਰੀ ਮਾਫੀਆ, ਉਹੀ ਕੇਬਲ ਮਾਫੀਆ, ਜਿੰਨੇ ਬਾਦਲਾਂ ਦੀ ਪਕੜ ਦੇ ਵਿੱਚ ਮਾਫੀਆ ਸੀ, ਅੱਜ ਉਹ ਸਾਰੇ
ਕਾਂਗਰਸ ਕੈਪਟਨ ਦੀ ਕੋਟਰੀ ਦੀ ਪਕੜ ਦੇ ਵਿੱਚ ਹੈ। ਮੇਰੇ ਕੋਲ ਪੁਖਤਾ ਸਬੂਤ ਪਰੂਫ ਹੈ ਅਤੇ ਕੈਪਟਨ ਸਾਹਿਬ ਥੱਲਿਓਂ ਪਰਚੀ ਬਣਾ ਕੇ ਸਪੀਕਰ ਨੂੰ ਭੇਜਦਾ, ਬੈਂਸ ਨੂੰ ਪੂਰੇ ਸੈਸ਼ਨ ਵਾਸਤੇ ਆਊਟ ਕਰ ਦਿਓ। ਖੈਰੇ ਨੇ ਕੀ ਕਹਿ ਲਿਆ ਸੀ, ਕਿਹੜੀ ਅਸੀਂ ਉੱਥੇ ਲਾਕਾਨੂੰਨੀ ਕਰਤੀ, ਅਸੀਂ ਲੋਕਾਂ ਦੇ ਰਖਵਾਲੇ, ਅਸੀਂ ਲੋਕਾਂ ਦੇ ਚੌਕੀਦਾਰ, ਸਟੇਟ ਦੇ ਰਖਵਾਲੇ ਹਾਂ, ਕੋਈ ਰਾਜਨੀਤੀ ਦਾ ਧੰਦਾ ਕਰਨ ਵਾਲੇ ਨਹੀਂ। ਸਾਨੂੰ ਸਸਪੈਂਡ ਕਰਤਾ, ਅਸੀਂ ਬਾਹਰ ਬੈਠ ਕੇ ਤੁਹਾਡੇ ਜ਼ਰੀਏ, ਪ੍ਰੈਸ ਦੇ ਜ਼ਰੀਏ ਅਸੀਂ ਪੰਜਾਬ ਦੇ ਲੋਕਾਂ ਨੂੰ, ਪੰਜਾਬੀ ਕੁੱਲ ਦੁਨੀਆ 'ਚ ਵਸਦੇ ਲੋਕਾਂ ਨੂੰ ਸੱਚਾਈ ਜ਼ਰੂਰ ਦੱਸੀ ਆ। ਧੱਕੇਸ਼ਾਹੀ ਕਰਨਗੇ, ਸੱਚਾਈ ਬੋਲਾਂਗੇ, ਪੰਜਾਬ ਵਿਧਾਨ ਸਭਾ ਦੇ ਅੰਦਰੋਂ ਕੱਢਣਗੇ ਅਤੇ ਅਸੀਂ ਤੁਹਾਡੇ ਜ਼ਰੀਏ ਆਪਣੀ ਗੱਲ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਜਾਵਾਂਗੇ। ਅਸੀਂ ਇਹਨਾਂ ਕੋਲੋਂ ਡਰਨ ਵਾਲੇ ਨਹੀਂ ਗੇ। ਕੈਪਟਨ ਅਮਰਿੰਦਰ ਸਿੰਘ ਸਿਟੀ ਸੈਂਟਰ ਸਕੈਮ ਪੰਜਾਬ ਦੇ ਵਿੱਚ ਹੋਰ ਵੀ MLA ਹੈਗੇ ਹੀ ਆ, ਕਿਉਂ ਨਹੀਂ ਉਹਦੇ ਖਿਲਾਫ ਕੋਈ ਤੁਰਿਆ? ਹੋਰ ਵੀ ਤਾਂ ਨਾਮ ਨਿਹਾਦ ਅਖਬਾਰਾਂ 'ਚ ਬਿਆਨ ਦੇਣ ਵਾਲੇ ਲੋਕ ਹੈਗੇ ਆ। ਸਿਟੀ ਸੈਂਟਰ ਸਕੈਮ ਪੰਜਾਬ ਦੇ ਖਜ਼ਾਨੇ ਨੂੰ 1140 ਕਰੋੜ ਰੁਪਏ ਦਾ ਚੂਨਾ ਲੱਗਦਾ ਜੇ ਕੈਪਟਨ ਦਾ ਕੇਸ ਬੰਦ ਹੁੰਦਾ। ਮੈਂ ਗਿਆ ਨਾ ਸੈਸ਼ਨ ਦੀ ਅਦਾਲਤ ਦੇ ਵਿੱਚ ਜਾ ਕੇ ਆਇਆ, ਧਿਰ ਵੰਡ ਵਾਸਤੇ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਇਹ ਉਹੀ ਕੈਪਟਨ ਅਮਰਿੰਦਰ ਆ ਜਿਹਦੇ 'ਤੇ ਬਾਦਲਾਂ ਦੀ ਵਿਜੀਲੈਂਸ ਨੇ ਮੁਕੱਦਮਾ ਦਿੱਤਾ, 12,000 ਪੇਜਾਂ ਦੀ ਚਾਰਜਸ਼ੀਟ ਦਿੱਤੀ, ਅਤੇ ਅੱਜ ਉਹੀ ਵਿਜੀਲੈਂਸ ਜਿਹੜੀ ਕੈਪਟਨ ਦੇ ਥੱਲੇ ਆ ਗਈ, ਕਿਉਂਕਿ ਗ੍ਰਹਿ ਮੰਤਰਾਲਾ ਵੀ ਕੈਪਟਨ ਦੇ ਕੋਲ ਆ, ਅਤੇ ਅੱਜ ਉਹੀ ਵਿਜੀਲੈਂਸ ਕੈਪਟਨ ਨੂੰ ਕਲੀਨ ਚਿੱਟ ਦੇ ਰਹੀ ਹੈ, ਕਲੋਜ਼ ਰਿਪੋਰਟ ਦਿੰਦੀ ਹੈ। ਅਤੇ ਮੈਂ ਸੈਸ਼ਨ ਦੇ ਪਟੀਸ਼ਨ ਲਾਈ ਆ ਕਿ ਜੇ ਇਹ ਕੇਸ ਕਲੋਜ਼ ਹੋ ਗਿਆ ਤਾਂ ਸਟੇਟ ਦੇ ਖਜ਼ਾਨੇ ਦੇ ਵਿੱਚੋਂ ਟੂਡੇ ਹੋਮਸ ਕੰਪਨੀ ਨੂੰ 1140 ਕਰੋੜ ਰੁਪਈਆ ਦੇਣਾ ਪੈਣਾ। ਸੁਪਰੀਮ ਕੋਰਟ ਦੀ ਆਰਬੀਟ੍ਰੇਸ਼ਨ ਜਸਟਿਸ ਲਹੋਟੀ ਦਾ ਆਰਡਰ ਹੈ, ਉਹ ਕਿਹਦਾ? ਉਹ ਕੈਪਟਨ ਦੇ ਜਾਂ ਬਾਦਲ ਦੇ ਬਾਪ ਦੀ ਜੇਬ 'ਚੋਂ ਨਹੀਂ, ਉਹ ਤੁਹਾਡੇ ਮੇਰੇ ਦਿੱਤੇ ਪੰਜਾਬ ਦੇ ਲੋਕਾਂ ਦੇ ਦਿੱਤੇ ਟੈਕਸਾਂ ਦੇ ਵਿੱਚੋਂ ਜਾਣ ਨਹੀਂ ਦੇਵਾਂਗੇ। ਮੈਨੂੰ ਚਾਹੇ ਸੈਸ਼ਨ ਤੋਂ ਬਾਅਦ ਹਾਈਕੋਰਟ ਜਾਣਾ ਪਵੇ, ਸੁਪਰੀਮ ਕੋਰਟ ਜਾਣਾ ਪਵੇ, ਕੈਪਟਨ ਅਮਰਿੰਦਰ ਸਿੰਘ ਅਤੇ ਉਹਦੇ ਸਹਿ ਦੋਸ਼ੀ ਕਟਹਿਰੇ ਦੇ ਵਿੱਚ ਖੜਨਗੇ, ਜਿਹੜਾ 1140 ਕਰੋੜ ਰੁਪਈਆ ਕਦਾਚਿਤ ਵੀ ਪੰਜਾਬ ਦੇ ਖਜ਼ਾਨੇ 'ਚੋਂ ਟੂਡੇ ਹੋਮਸ ਕੰਪਨੀ ਨੂੰ ਜਾਣ ਨਹੀਂ ਦੇਵਾਂਗੇ। ਸਾਨੂੰ ਰੋਕ ਲੂਗਾ ਪੰਜਾਬ ਵਿਧਾਨ ਸਭਾ ਦੇ ਅੰਦਰੋਂ, ਸਾਨੂੰ ਲੋਕਾਂ ਦੀ ਕਚਹਿਰੀ 'ਚੋਂ ਜਾਣ ਤੋਂ ਨਹੀਂ ਰੋਕ ਸਕਦਾ। ਸਾਡੇ ਕੋਲ ਤੁਹਾਡਾ ਵੱਡਾ ਸਹਾਰਾ ਹੈਗਾ, ਲੋਕਾਂ ਦੀ ਕਚਹਿਰੀ ਨੇ ਫੈਸਲਾ ਕਰਨਾ ਜੀ। ਜਦੋਂ ਲੋਕ ਅੰਦੋਲਨ ਹੁੰਦੇ ਆ ਤਾਂ ਰਾਜੇ ਮਹਾਰਾਜਿਆਂ ਦੇ ਮਹਿਲਾਂ ਦੇ ਮਨਾਰੇ ਚਕਨਾਚੂਰ 'ਤੇ ਢਹਿ ਢੇਰੀ ਹੋ ਜਾਂਦੇ ਆ। ਅੱਜ ਰਿਪੋਰਟ ਮਹਿਤਾਬ ਕਮਿਸ਼ਨ ਹੈ ਜਿਹੜਾ, ਅੱਜ ਫਿਰ ਉਹਨਾਂ ਨੇ ਰਿਪੋਰਟ ਦਿੱਤੀ ਹੈ ਅਤੇ ਕਈ ਕੇਸ ਉਹਨਾਂ ਨੇ ਖਾਰਜ ਕਰਨ ਦੀ ਗੱਲ ਕੀਤੀ ਹੈ। ਔਰ ਕੈਪਟਨ ਅਮਰਿੰਦਰ ਨੇ ਇਨਕੁਆਇਰੀ ਆਰਡਰ ਕੀਤੀ ਸੀ ਕਿ ਪਿਛਲੀ ਸਰਕਾਰ ਵੇਲੇ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਕੇਸ ਦਰਜ ਹੋਏ ਨੇ, ਔਰ ਪਤਾ ਇਹ ਵੀ ਲੱਗਿਆ ਕਿ ਰੇਤ ਅੰਦੋਲਨ 'ਚ ਜਿਹੜੇ ਤੁਹਾਡੇ ਕੇਸ ਸੀਗੇ ਉਹ ਵੀ ਕੁਝ ਖਾਰਜ ਕਰਨ ਦੀਆਂ ਗੱਲਾਂ ਹੋਈਆਂ। ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਕੰਪਲੇਂਟ ਕਮਿਸ਼ਨ ਪੰਜਾਬ ਦੇ ਅੰਦਰ, ਜਿਹੜੀ 10 ਸਾਲ ਬਾਦਲਾਂ ਦੀ ਗੁੰਡਾਗਰਦੀ, ਜਬਰ ਅਤੇ ਜ਼ੁਲਮ, ਮਾਫੀਆ ਦੀ ਪਕੜ ਦੇ ਵਿੱਚ ਪੰਜਾਬ ਰਿਹਾ, ਅਤੇ ਮੇਰੇ ਉੱਤੇ ਮੇਰਾ ਖਿਆਲ 9-10 ਮੁਕੱਦਮੇ ਦਰਜ ਕੀਤੇ, ਅਤੇ ਮੈਂ ਕੰਪਲੇਂਟ ਕਮਿਸ਼ਨ ਦੇ ਵਿੱਚ ਜਾ ਕੇ ਦਰਖਾਸਤ ਕੀਤੀ, ਆਪਣੀ ਸ਼ਿਕਾਇਤ, ਆਪਣੀ ਅਪੀਲ ਕੀਤੀ ਕਿ ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਜਬਰ ਅਤੇ ਜ਼ੁਲਮ ਹੋਇਆ, ਤਸ਼ੱਦਦ ਹੋਇਆ। ਮੇਰਾ ਖਿਆਲ ਉਹਨਾਂ ਨੇ ਕੁਝ ਕੇਸਾਂ ਦੇ ਉੱਤੇ ਬੜਾ ਫੇਅਰ ਫੈਸਲਾ ਦਿੱਤਾ, ਜਿਹੜੇ ਹਜੇ ਟ੍ਰਾਇਲ ਕੋਰਟ ਦੇ ਵਿੱਚ ਅੱਗੇ ਨਹੀਂ ਸੀ ਵਧੇ ਹੋਏ। ਮੇਰੀ ਇੱਕ ਡਿਮਾਂਡ ਆ, ਜਿੱਥੇ ਮੈਂ ਇਸ ਕਮਿਸ਼ਨ ਦਾ ਰਿਣੀ ਹਾਂ, ਧੰਨਵਾਦ ਕਰਦਾ, ਮੇਰੀ ਇੱਕ ਇਹਦੇ ਵਿੱਚ ਸੁਜੈਸ਼ਨ ਅਤੇ ਡਿਮਾਂਡ ਹੈਗੀ ਆ, ਪੰਜਾਬ ਵਿਧਾਨ ਸਭਾ ਦੇ ਅੰਦਰ ਅਮੈਂਡਮੈਂਟ ਕੀਤੀ ਜਾਣੀ ਚਾਹੀਦੀ ਹੈ। ਇਹ ਕਮਿਸ਼ਨ ਅਸਥਾਈ ਹੈ, ਟੈਂਪਰੇਰੀ ਹੈ, ਇਹ ਕਮਿਸ਼ਨ ਪੰਜਾਬ ਦੇ ਅੰਦਰ ਪੱਕੇ ਤੌਰ 'ਤੇ ਸਥਾਪਿਤ ਹੋਣਾ ਚਾਹੀਦਾ। 10 ਸਾਲ ਬਾਦਲ ਕਰ ਗਏ ਧੱਕੇਸ਼ਾਹੀ, ਲੋਕਾਂ ਨੂੰ ਕੁੱਟ ਕੇ ਡਾਂਗ ਦੇ ਨਾਲ ਚੱਕ ਚੱਕ ਕੇ ਫੜ ਕੇ ਝੂਠੇ ਮੁਕੱਦਮੇ ਦੇ ਕੇ ਜੇਲ੍ਹਾਂ 'ਚ ਸੁੱਟਦੇ ਰਹੇ, ਅਤੇ ਹੁਣ ਕਾਂਗਰਸ ਵਾਲੇ ਕੀ ਕਰ ਰਹੇ ਆ? ਕਾਂਗਰਸ ਵੀ ਉਸੇ ਪੈਟਰਨ 'ਤੇ ਲੱਗੀ ਹੋਈ ਹੈ ਨਾ, ਅਤੇ ਕਾਂਗਰਸ ਦੀਆਂ ਵਧੀਕੀਆਂ 'ਤੇ ਧੱਕੇਸ਼ਾਹੀਆਂ ਦਾ ਇਹ ਟੈਂਪਰੇਰੀ ਕਮਿਸ਼ਨ ਆ। ਜੇ ਚਲਿਆ ਗਿਆ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ? ਪੰਜਾਬ ਦੇ ਲੋਕ ਕਿੱਥੇ ਜਾਣਗੇ? ਜਿਹੜੇ ਪੁਲਿਸ ਤੰਤਰ ਤੋਂ ਪੀੜਿਤ ਆ, ਜਿਹੜੇ ਪੁਲਿਸੀਆਂ ਨੂੰ ਪੈਸੇ ਦਿੰਦੇ ਆ, ਮਰਡਰ ਦਾ ਇੱਕ ਕੇਸ ਹੁੰਦਾ, ਇੱਕ ਦੋਸ਼ੀ ਆ ਅਤੇ ਨਾਲ 6 ਪੁਲਿਸ ਹੋਰ ਟੰਗ ਦਿੰਦੀ ਆ, ਨਜਾਇਜ਼, ਨਿਰਦੋਸ਼, ਅਤੇ ਫਿਰ ਉਹ ਪੁਲਿਸ ਦੀ ਸਾਮੀ ਬਣ ਜਾਂਦੇ ਆ। ਇਹ ਕਮਿਸ਼ਨ ਪੰਜਾਬ ਦੇ ਅੰਦਰ ਪੱਕੇ ਤੌਰ 'ਤੇ ਹੋਣਾ ਚਾਹੀਦਾ, ਤਾਂ ਜੋ ਕੋਈ ਪੁਲਿਸ ਲਾਕਾਨੂੰਨੀ ਕਰੇ, ਕਿਸੇ 'ਤੇ ਜਬਰ ਜ਼ੁਲਮ ਕਰੇ, ਝੂਠਾ FIR ਮੁਕੱਦਮਾ ਦੇਵੇ ਅਤੇ ਕਮਿਸ਼ਨ ਨਿਆਂ ਦੇਵੇ, ਕਿਉਂਕਿ ਲੋਕਾਂ ਕੋਲ ਹਾਈਕੋਰਟ ਦੇ ਵਕੀਲਾਂ ਨੂੰ ਦੇਣ ਵਾਸਤੇ 2-2 ਲੱਖ ਫੀਸ ਦੇ ਹੈ ਨਹੀਂ ਗੇ। ਕਮਿਸ਼ਨ ਕੀ ਹੈ? ਇੱਕ ਪਲੇਨ ਕਾਗਜ਼ ਦੇ ਉੱਤੇ ਤੁਸੀਂ ਆਪਣੀ ਕੰਪਲੇਂਟ ਲਿਖੋ, ਕਮਿਸ਼ਨ ਨੂੰ ਦਿਓ, ਕਮਿਸ਼ਨ ਤੁਹਾਨੂੰ ਰਾਹਤ ਦੇਵੇਗਾ। ਪੁਲਿਸੀਆ ਤੰਤਰ ਟੁੱਟੇਗਾ, ਜਿਹੜਾ ਲੁੱਟ ਸੁੱਟ ਦਾ ਮੰਜਰ ਪੋਲੀਟੀਕਲ ਪਾਰਟੀਆਂ ਅਤੇ ਪੁਲਿਸ ਦਾ ਬਣਿਆ, ਉਹ ਮੰਜਰ ਅਤੇ ਉਹ ਜਿਹੜੀ ਸੰਗਠਨ ਹੈਗਾ ਉਹਨੂੰ ਨੱਥ ਪਾਈ ਜਾ ਸਕੇ। ਆਖਰੀ ਸਵਾਲ ਹੈ, ਗੁਰਦਾਸਪੁਰ ਜਿੱਤ ਕੇ ਕਾਂਗਰਸ ਵਾਲੇ ਬਾਗੋ ਬਾਗ ਨੇ, ਉਹਨਾਂ ਨੂੰ ਲੱਗਦਾ ਕਿ 2019 'ਚ ਅਸੀਂ ਪੰਜਾਬ ਜਿੱਤ ਲਾਂਗੇ, ਤੁਸੀਂ ਲੋਕ ਇਨਸਾਫ ਪਾਰਟੀ ਦੀਆਂ ਕੀ ਸੰਭਾਵਨਾਵਾਂ ਨੇ? ਆਮ ਆਦਮੀ ਪਾਰਟੀ ਨਾਲ ਮਿਲ ਕੇ ਅੱਗੇ ਵਧੋਂਗੇ ਲੋਕ ਸਭਾ ਚੋਣਾਂ 'ਚ? ਲੋਕ ਸਭਾ ਚੋਣਾਂ ਦੀ ਤਸਵੀਰ ਅੱਜ ਕਿਹੋ ਜਿਹੀ ਨਜ਼ਰ ਆਉਂਦੀ ਹੈ? ਹਜੇ ਡੱਲਾ ਜੀ ਲੰਬਾ ਸਮਾਂ ਪਿਆ, ਫਸਟ ਆਫ ਆਲ ਕਿਉਂਕਿ ਸਾਡਾ ਆਈਡੀਓਲੋਜੀ ਦਾ ਸੁਮੇਲ ਆ, ਆਮ ਆਦਮੀ ਪਾਰਟੀ ਐਂਡ ਲੋਕ ਇਨਸਾਫ ਪਾਰਟੀ ਅਸੀਂ ਰਲ ਕੇ ਆ, ਲੋਕਲ ਬੋਡੀਜ਼ ਆ ਰਹੀਆਂ ਇਹ ਵੀ ਲੜਾਂਗੇ, ਐਂਡ MP ਦੇ ਵਿੱਚ ਹਜੇ ਪਾਰਲੀਮੈਂਟ ਦੇ ਵਿੱਚ ਲੰਬਾ ਅਰਸਾ ਪਿਆ, ਉਹ ਵੀ ਅਸੀਂ ਰਲ ਕੇ ਲੜਾਂਗੇ, ਐਂਡ ਜੈਸੇ ਹਾਲਾਤ ਪੰਜਾਬ ਦੇ ਅੰਦਰ ਪੈਦਾ ਹੋਇਆ, ਬਾਏ ਇਲੈਕਸ਼ਨ ਜਿਹੜੀ ਉਹ ਸੋਰਸਿਸ ਦੀ ਨੋ ਡਾਊਟ ਅਸੀਂ ਉੱਥੋਂ ਬੁਰੀ ਤਰ੍ਹਾਂ ਹਾਰੇ ਹਾਂ,
ਸਾਨੂੰ ਹਾਰ ਕਬੂਲਣ 'ਤੇ ਉਹਦੇ ਤੱਥਾਂ ਦੇ ਉੱਤੇ ਘੋਖ ਕਰਨ 'ਤੇ ਅਸੀਂ ਪਹਿਲਾਂ ਹੀ ਵੀਕ ਸੀ ਮਾਝੇ ਦੇ ਵਿੱਚ, ਅਸੀਂ ਹਰਿਆਂ। ਪਰ ਇਹਦਾ ਮਤਲਬ ਇਹ ਨਹੀਂ ਕਿ 2019 ਦੇ ਵਿੱਚ ਕਹਿ ਦਈਏ ਵੀ ਕਾਂਗਰਸ ਲੈ ਗਈ ਸਾਰਾ ਕੁਛ, ਕਿਉਂਕਿ 6 ਮਹੀਨੇ ਦੀਆਂ ਅਸਫਲਤਾਵਾਂ, ਲੋਕਾਂ ਨੇ ਇੱਕ ਟਾਈਮ 'ਤੇ ਮੌਕਾ ਦਿੱਤਾ ਇਹਨਾਂ ਨੂੰ ਉਹ ਇਲੈਕਸ਼ਨ ਜਿਤਾ ਕੇ, ਇਹ ਆਪਣੇ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦੇਣ ਕਿ ਸਾਨੂੰ ਲੋਕਾਂ ਨੇ ਕੋਈ ਪੱਕਾ ਜਿਹੜਾ ਮੈਂਡੇਟ ਦਿੱਤਾ ਅਤੇ ਪੱਕਾ ਹੀ ਸਾਡੀ ਜਿੱਤ ਹੀ ਹੋਣੀ ਹੈ। ਲੋਕਾਂ ਨੇ ਇੱਕ ਟਾਈਮ ਦਿੱਤਾ, ਪਰ 6 ਮਹੀਨੇ ਦੀਆਂ ਨਾਕਾਮੀਆਂ, 6 ਮਹੀਨੇ ਲੋਕਾਂ ਦੇ ਨਾਲ ਵੋਟਾਂ ਬਟੋਰਨ ਵਾਸਤੇ ਕੀਤੇ ਹੋਏ ਵਾਅਦਿਆਂ ਦੇ ਵਿੱਚ ਕੈਪਟਨ ਕਾਂਗਰਸ ਹਕੂਮਤ ਜਿਹੜੀ ਫੇਲ ਹੋਈ ਹੈ। ਅਤੇ ਆਉਣ ਵਾਲਾ ਸਮਾਂ ਵੀ ਇਹੀ ਦੱਸ ਰਿਹਾ, ਜਿੱਥੇ ਸਰਕਾਰੀ ਮੁਲਾਜ਼ਮਾਂ ਨੂੰ ਬ੍ਰਦਰ ਤਨਖਾਹਾਂ ਨਾ ਮਿਲਣ, ਜਿੱਥੇ ਮਹਿਕਮਿਆਂ ਦੀ ਇਨਕਮ ਦੇ ਉੱਤੇ ਲੋਨ ਲੈਣ ਦੀਆਂ ਸਕੀਮਾਂ ਬਣਨ ਲੱਗ ਜਾਣ, ਅਤੇ ਵਾਅਦੇ ਕਿੱਥੋਂ ਪੂਰੇ ਹੋਣਗੇ? ਬੜੇ ਥੁੱਕ ਨਾਲ ਨਹੀਂ ਪੱਕਦੇ, ਘਿਓ ਨਾਲ ਪੱਕਦੇ ਆ। ਅਤੇ ਕੈਸਾ ਪੰਜਾਬ ਦੇ ਵਿੱਤੀ ਖਜ਼ਾਨੇ ਦਾ ਹਾਲਾਤ ਕੈਸੇ ਆ, ਮੇਰੇ ਤੋਂ ਵੱਧ ਲੋਕ ਤਾਂ ਤੁਸੀਂ ਜਾਣਦੇ ਹੋ ਜੀ। ਸੋ 2019 ਦੀ ਲੋਕ ਸਭਾ ਗੁਰੂ ਕਿਰਪਾ ਕਰੇ, ਅਸੀਂ ਲੋਕਾਂ ਦੀ ਸਪੋਰਟ ਸਹਿਯੋਗ ਦੇ ਨਾਲ ਅੱਜ ਲੋਕ ਜਿਹੜੀ ਵਿਧਾਨ ਸਭਾ 'ਚ ਗਲਤੀ ਕੀਤੀ ਉਹ ਪਛਤਾ ਰਹੇ ਆ ਲੋਕ, ਅਤੇ ਲੋਕ ਉਹ ਗਲਤੀ ਦੁਬਾਰਾ ਨਹੀਂ ਕਰਨਗੇ ਜੀ। ਚਲੋ, ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ, ਉਚੇਚੇ ਤੌਰ 'ਤੇ ਤੁਸੀਂ ਵਕਤ ਕੱਢਿਆ। MLA ਸਾਹਿਬ, ਸਾਡਾ ਖਾਸ ਸ਼ੋਅ ਪੰਜਾਬ ਦੇ ਵੱਖ ਵੱਖ ਸਰਗਰਮ ਮੁੱਦਿਆਂ 'ਤੇ ਟੂ ਦਾ ਪੁਆਇੰਟ ਅਸੀਂ ਗੱਲਬਾਤ ਕਰਦੇ ਹਾਂ। ਫਿਲਹਾਲ ਇੰਨਾ ਹੀ, ਅਗਲੇ ਐਪੀਸੋਡ ਦੇ ਵਿੱਚ ਫਿਰ ਕਿਸੇ ਹੋਰ MLA ਦੇ ਨਾਲ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਾਂਗੇ। ਤੁਸੀਂ ਵੇਖਦੇ ਰਹੋ MLA ਸਾਹਿਬ, ਧੰਨਵਾਦ।